दूजा बंदा कौन जख्मी होया मतलब दीदी किन्ने जने दे फायर किए इन्होंने किन्ने जने सी टोटल कुलबीर नरवाने दे की फादर साहब की नाम जी थोड़ा जी किन्ने राउंड फायर कीते पता नहीं बाद उतर के दूजे ने भी मार गए मन्ने ने भी गोली बजी विश्वास गोली लगन हुई है बहुत चिर तो घटो घट छे सत साल तो रह रहे दस साल तो रह रहे मन्ने दा पूरा नाम पता कुछ ਵੈਪਨ ਜਿਹੜੇ ਯੂਜ਼ ਹੋਏ ਸੀਗੇ ਰਿਕਵਰ ਕਰ ਲਏ ਗਾਰਡ ਲਾਈ ਹੋਈ ਆ ਬਿਕੋਜ਼ ਉਹ ਉਹਨਾਂ ਨੂੰ ਵੀ ਥ੍ਰੈਟ ਹੈਗੀ ਆ ਸਾਡੀ ਪੁਲਿਸ ਉਹਨਾਂ ਨੂੰ ਗਾਰਡ ਲੱਗੀ ਹੋਈ ਆ ਕ੍ਰੋਸ ਫਾਇਰਿੰਗ ਹੋਈ ਸਾਹਮਣੇ ਜੀ ਹਾਂਜੀ ਕੁਛ ਦਿਨ ਪਹਿਲਾਂ ਆਪਸ ਚ ਕਿਸੇ ਗੱਲ ਤੋਂ ਤਕਰਾਰ ਹੋਇਆ ਸੀਗਾ ਕੱਲ ਵੀ ਇਹ ਇਕੱਠੇ ਹੋਏ ਸੀਗੇ ਤੇ ਆਪਸ ਦੇ ਵਿੱਚ ਗੱਲਬਾਤ ਕੀਤੀ ਇਹਨਾਂ ਨੇ ਬਟ ਸਮਹਾਓ ਉਹ ਸ਼੍ਰੇਣੀ ਜਿਹੜੀ ਬਟ ਅੱਜ ਫਿਰ ਇਹ ਕੰਪਰੋਮਾਈਜ਼ ਦੇ ਮੰਤਵ ਦੇ ਨਾਲ ਆਇਆ ਸੀਗਾ ਬਟ ਇਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਰੰਜਿਸ਼ ਸੀਗੀ ਅਤੇ ਧਾਰ ਕੇ ਹੀ ਆਇਆ ਸੀਗਾ ਵੀ ਮੈਂ ਮਾਰਨਾ ਆ ਔਰ ਬਟ ਇਹਨੇ ਕਿਹਾ ਵੀ ਮੈਂ ਕੰਪਰੋਮਾਈਜ਼ ਕਰਨਾ ਬਟ ਉੱਥੇ ਇਹਨਾਂ ਨੇ ਸਵੇਰੇ ਅੱਜ ਜਦੋਂ ਇਹ ਆਇਆ ਅਤੇ ਫੋਰਚੂਨਰ ਗੱਡੀ 'ਤੇ ਆਇਆ ਸੀਗਾ ਅਤੇ ਉੱਥੇ ਪਹਿਲਾਂ ਇਹਨਾਂ ਨੇ ਗ੍ਰੀਨ ਟੀ ਪੀਤੀ ਹੈ ਕੁਲਵੀਰ ਜੋ ਚਾਹ ਪੀ ਕੇ ਬਾਹਰ ਜਾਣ ਲੱਗਾ ਅਤੇ ਇਹਨੇ ਉਹਨੂੰ ਗਾਲ ਕੱਢ ਕੇ ਕਿਉਂਕਿ ਇਹਦੇ ਮਨ ਦੇ ਵਿੱਚ ਰੰਜਿਸ਼ ਸੀਗੀ ਅਤੇ ਇਹਨੇ ਉਹਦੇ 'ਤੇ ਫਾਇਰ ਕੀਤੇ ਆ ਸਰ ਕਿੰਨੀਆਂ ਡੈਥ ਹੋਈ ਹੈ ਜੀ ਇਸ ਮਾਮਲੇ ਹਾਂਜੀ ਡੈਥ ਕਿੰਨੀਆਂ ਡੈਥ ਹੋਈ ਇਸ ਮਾਮਲੇ ਦੇ ਵਿੱਚ ਦੋ ਬੰਦਿਆਂ ਦੀ ਡੈਥ ਹੋਈ ਆ ਇੱਕ ਕੁਲਵੀਰ ਦਾ ਕਜ਼ਨ ਸੀਗਾ ਜਿਹਨੂੰ ਰਿਸ਼ਤੇਦਾਰ ਸੀਗਾ ਚਮਕੌਰ ਸਿੰਘ ਉਹ ਝੁੰਬੇ ਪਿੰਡ ਦਾ ਸੀਗਾ ਉਹਦੀ ਵੀ ਡੈਥ ਹੋ ਗਈ ਸਰ ਇਹ ਸੇਮ ਬੰਦਾ ਜਿਹਨੇ ਕੁਝ ਦਿਨ ਪਹਿਲਾਂ ਇਹਨਾਂ ਤੇ ਅਟੈਕ ਕੀਤਾ ਸੀ ਗੋਲੀਆਂ ਚੱਲੀਆਂ ਅਜੇ ਮੈਡਮ ਨਹੀਂ ਇਹ ਉਹਦੇ ਨਾਲ ਹੀ ਹੁੰਦਾ ਸੀ ਕੁਲਵੀਰ ਨਰਵਾਣੇ ਦੇ ਨਾਲ
ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਫਰਦਰ। ਗ੍ਰਿਫਤਾਰੀ ਬ੍ਰਦਰ, ਇਹ ਇੱਥੋਂ ਜਦੋਂ ਫਾਇਰਿੰਗ ਇੰਸੀਡੈਂਟ ਹੋਇਆ ਤੇ ਇਹਦੇ ਵੀ ਇੱਕ ਗੋਡੇ ਦੇ ਥੱਲੇ ਬੈਕ ਸਾਈਡ 'ਤੇ ਫਾਇਰ ਲੱਗਿਆ ਹੋਇਆ ਸੀਗਾ ਅਤੇ ਇਹ ਇਹਨੇ ਬਾਦਲ ਰੋਡ ਨੂੰ ਆਪਣਾ ਵਹੀਕਲ ਪਾ ਲਿਆ ਸੀਗਾ ਉੱਥੇ ਕਿਤੇ ਘੁੱਦੇ ਦੇ ਕੋਲ ਜਾ ਕੇ ਇਹ ਗੱਡੀ ਤੋਂ ਇੱਥੋਂ ਡਰਾਈਵ ਨਹੀਂ ਹੋਈ ਕਿਉਂਕਿ ਇਹਨੇ ਇੱਕ ਹੈਰੋਇਨ ਦਾ ਸੇਵਨ ਕੀਤਾ ਹੋਇਆ ਸੀ ਡਰੱਗਸ ਦਾ ਔਰ ਲੱਤ 'ਤੇ ਗੋਲੀ ਲੱਗੀ ਹੋਈ ਸੀਗੀ ਅਤੇ ਡਰਾਈਵ ਨਹੀਂ ਹੋਈ ਅਤੇ ਬਾਹਰ ਡਿੱਗਿਆ ਪਿਆ ਸੀਗਾ। ਉੱਥੇ ਸਾਡੇ ਇੱਕ ਮੁਲਾਜ਼ਮ ਨੇ ਇਹਨੂੰ ਪਿਕਅਪ ਕੀਤਾ, ਚੁੱਕਿਆ ਅਤੇ ਇਹਨੂੰ ਫਿਰ ਕਿਉਂਕਿ ਉਹਨੂੰ ਪੂਰੇ ਫੈਕਟਸ ਦਾ ਪਤਾ ਨਹੀਂ ਸੀਗਾ ਉਹਨੇ ਉੱਥੇ ਇਹਨੂੰ ਹੋਸਪਿਟਲ ਦੇ ਵਿੱਚ ਐਡਮਿਟ ਕਰਾਤਾ। ਫਿਰ ਸਾਡੇ ਕੋਲ ਇਨਫੋਰਮੇਸ਼ਨ ਆਈ ਵੀ ਇੱਦਾਂ ਤੱਕ ਬੰਦਾ ਇੱਕ ਇੰਜਰਡ ਹੈਗਾ ਫੋਰਚੂਨਰ ਗੱਡੀ 'ਤੇ, ਫਿਰ ਸਾਨੂੰ ਇਹ ਹੋ ਗਿਆ ਵੀ ਇਹ ਉਹੀ ਫਾਇਰਿੰਗ ਇੰਸੀਡੈਂਟ ਜਿਹੜਾ ਕਰਕੇ ਗਿਆ ਉਹੀ ਹੈ। ਸਰ ਕੁਲਵੀਰ ਦੇ ਖਿਲਾਫ਼ ਕਿੰਨੇ ਕੁ ਮਾਮਲੇ ਪੈਂਡਿੰਗ ਨੇ ਫਿਲਹਾਲ ਦੀ ਗੱਲ ਕੀਤੀ ਜਾਵੇ? ਕੁਲਵੀਰ ਦੇ 14-15 ਕੇਸਿਸ ਹੈਗੇ ਨੇ ਉਹਦੇ ਅਗੇਂਸਟ ਰਜਿਸਟਰ, ਕਈਆਂ 'ਚ ਇਹ ਬਰੀ ਹੋ ਚੁੱਕਿਆ, ਕਈ ਅੰਡਰ ਟ੍ਰਾਇਲ ਹੈਗੇ ਆ, ਪਰ ਬੇਲ 'ਤੇ ਸੀਗਾ। ਸਰ ਪੁਲਿਸ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ? ਅਸੀਂ ਮਰਡਰ ਦਾ ਕੇਸ ਰਜਿਸਟਰ ਕੀਤਾ ਹੈਗਾ ਜੀ ਅਤੇ ਅਕਿਊਜ਼ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ। ਹੁਣ ਇੱਥੇ ਪਹਿਲਾਂ ਘੁੱਦੇ ਦੀ ਟ੍ਰੀਟਮੈਂਟ ਕਰਵਾਈ ਸੀਗੀ, ਹੁਣ ਇੱਥੇ ਸਿਵਲ ਹੋਸਪਿਟਲ ਲੈ ਕੇ ਆਏ ਹੈਗੇ ਆ ਅਤੇ ਡਾਕਟਰਸ ਇਹਨੂੰ ਐਗਜ਼ਾਮਿਨ ਕਰ ਰਹੇ ਹੈਗੇ। ਉਹਨੂੰ ਟ੍ਰੀਟਮੈਂਟ ਕਰਵਾਉਣੀ ਜ਼ਰੂਰੀ ਸੀਗੀ, ਇਹ ਡਾਕਟਰਸ ਦੱਸਣਗੇ। ਪਹਿਲੀ ਪ੍ਰਾਇਰਿਟੀ ਇਜ਼ ਬੰਦੇ ਦੀ ਜਾਨ ਬਚਾਉਣਾ। ਮਾਰਾ ਨੀ ਕਿਸੇ ਦਾ ਕਰਿਆ ਸੀ, ਮਾਰਾ ਨੀ ਕਰਿਆ ਸੀ, ਤਾਂ ਹੀ ਮਾਰ ਗਏ, ਗਦਾਰੀ ਮਾਰ ਗਈ ਆ।